आ गए तुसी? आ गए। पैरी पैनी। पैरी पैनू मेरे साथ दे यात्रा तो आया मैं। ओहो, आ मुंह का तो बनिया नाले। तेरे डाल लड़कियाँ। पता नहीं हैगा भी ठंडा। नाक तो मेरा हरा बंदर दी पट्ठ वर्ग है पहला आला। मैंने तो डराई दिता सी। हाँ फट गया। बैठो मैं चाय पानी बनानी है। ओहो, बहुत कट दी भाई ब्याह ते। हले भी हैगे सी रिश्तेदार। हाँ हजे भी उत्थे बथेरा लाइना च खड़े ने बंदे। मेरा हाल दे बरसी दी उत्थे ब्याह थी। कभी हजे भी हैगे थी। मैं लास्ट बंदा थी जिहड़ा मैं बाद तो आया। सारा भांडा ठीकर समा के मैं आया। मैनू कहिंदे तुसीं पढ़े लिखे हो, कहिंदे सारा कुछ, कहिंदे तुसीं करा के जाओ। कंबलां तो लैके चमचियां तक मैं समा के आया। 7 लाख रुपया लग गया ब्याह ते। महा भैन दा मेरा चुन्नी जिहड़ा की करता थी। हुण तां ब्याह नहीं हुंदे तबाह हुंदे ने। फिर करजे माफी वाले फार्म भरी जाएंगे तो भोले तो कथे फोटो लगू कथे गूठा लगू। चाह बनानी है। चिल्ड है ना थोड़ा जा। चिल्ड होगा, ठंड तो इतनी पै रही है। पक्का कर ले। मेरे हाल अनपढ़ा ना देख ला पंजाबी बोलन लगा। चंगी पढ़ी अंग्रेजी बोलता थी। चलो पंजाबी मां बोली है। ताया जी कथे ने खबरें कितने निकलिया? मैनू की पता ताए दा। लिया हॉट जा बटर लेके जल्दी। हो गया। हेलो की तेरे अग लग रही थी बार बार फोन करी जांदी उथे। दे मिस कॉल लाए मिस कॉल। फोन ना करदी मैं होर की करदी उथे। कहंदे पता नहीं, कहंदे तेरे ते यकीन नहीं करदी घर वाली। कहंदे कहंदे बार बार फोन कर दियो। मैं हां कानू बीमार आ। मैं ताए बहाना लाया हार के। की हो गया थी? पता तेरे पीछे इथे की हुंदा? की हो गया थी? ताए दियां करतूतां सुन ला। की करता ताए? ताया ब्याह करवाउण नूं फिरदा। किहदे नाल? मनोज गुप्ता नाल। होर किहदे नाल? नोज गुप्ता नाल। आहो किराया तो नहीं हजे बचता? हले नहीं किराया हैगा पर पूरी प्लानिंग करी फिरदा था। कोई ना प्लानिंग था, मैं तुहानू वधिया हो गया मैं आ गया। तैनू की पता होता वीडियो भी बनाई फिरदा। सिमू मेरे सारी वीडियो दिखा के गया। केड़ी वीडियो? चल तू की लेना, दसन वाली भी नहीं हैगी। ते खासी गल ता तू छड्ड ओनू। तैनू पता ब्याह कौन करा रहा? उन्हां दा कौन करा रहा? प्यारे विचोले दा बेड़ा बह रहा है। हां दोनों लफेंडगिरी करदे फिरदे ने पूरे पिंड दे विच। ਤੈਨੂੰ ਮੈਂ ਕੀ ਦੱਸਾਂ ਉਹਦੇ ਤਾਂ ਕੀ ਲੰਬੇ ਆਉਂਦੇ ਨੇ ਤਾਏ ਦੇ। ਪਿਆਰਾ ਕਿਹਨੇ ਪਾੜਿਆ ਘਰੇ? ਪਿਆਰੇ ਨਾਲ ਤਾਂ ਆਪਣੀ ਬੋਲਚਾਲ ਹੀ ਨਹੀਂ ਸੀ। ਤਾਇਆ ਬਾੜਦਾ ਹੋਰ ਕੌਣ ਬਾੜਦਾ? ਹੋਰ ਕੀ ਮੈਂ ਬੁਲਾਨੀ ਆ ਉਹਨੂੰ? ਮਨੋਜ ਗੁਪਤਾ ਨਾਲ ਸੱਚੀ ਗੱਲ ਹੈ ਵਿਆਹ ਕਰਾਉਣ ਨੂੰ ਫਿਰਦਾ? ਨਾ ਜਿਵੇਂ ਘਰ ਰਹਿੰਦੀ ਆ ਮੈਨੂੰ ਕੀ ਪਤਾ ਨਹੀਂ ਲੱਗਦਾ ਹੈਗਾ ਬਾਹਰ ਕੀ ਹੋ ਰਿਹਾ। ਕੋਈ ਨਾ, ਸਾਰੀਆਂ ਲੋਕ ਮੈਨੂੰ ਗੱਲਾਂ ਦੱਸ ਕੇ ਜਾਂਦੇ ਨੇ। ਕੋਈ ਨਾ, ਅਲੇ ਪਿਆਰੇ ਦੀ ਕਰਤੂਤ ਸੁਣ ਲਾ। ਤਾਏ ਨਾਲ ਦਾਰੂ ਪੀ ਕੇ ਟੁੰਨ ਹੋ ਗਿਆ, ਜਾ ਕੇ ਸਰਪੰਚ ਕੇ ਘਰੇ ਜਾ ਵੜਿਆ। ਜਾ ਕੇ ਉਹਦੀ ਮਾਂ ਨੂੰ ਪਿਆਰਾ ਰੁਪਈਆ ਫੜਾਇਆ ਆ। ਫੜ ਲਿਆ ਰੁਪਈਆ? ਕਿੱਥੇ ਫੜ ਲਿਆ? ਉਹਦੀ ਮਾਂ ਨੇ ਤਾਂ ਪਿਆਰਾ ਫੜ ਲਿਆ, ਚੰਗੀਆਂ ਲਾਈਆਂ, ਫਿਰ ਚੰਗੀ ਧਨੇਸੜੀ ਦਿੱਤੀ ਕੁੱਟਿਆ ਫੜ ਕੇ। ਨਾਲੇ ਸਰਪੰਚ ਮੈਨੂੰ ਵੀ ਲਾਂਭਾ ਦੇ ਕੇ ਗਿਆ ਵੀ ਭਾਈ ਤਾਏ ਨੂੰ ਆਪਣੇ ਪਿਆਰੇ ਦੇ ਨਾਲ ਜਾਣ ਤੋਂ ਹਟਾ ਲਓ, ਨਹੀਂ ਉਹਦੇ ਵੀ ਲਾਵਾਂਗੇ। ਤੂੰ ਐਂ ਕਰ ਮੇਰੀ ਗੱਲ ਸੁਣ, ਕੀ ਹੋ ਗਿਆ? ਮਨੋਜ ਗੁਪਤਾ ਦਾ ਵਿਆਹ ਨਹੀਂ ਹੋਣ ਦਿੰਦਾ ਮੈਂ ਇਹਦੇ ਨਾਲ। ਤੈਨੂੰ ਕੀ ਆ ਚੁੱਲ੍ਹੇ 'ਚ ਜਾਵੇ ਮਨੋਜ ਗੁਪਤਾ? ਤੇ ਤਾਂ ਮਨੋਜ ਗੁਪਤਾ ਦੀ ਲੱਗੀ ਪਈ ਆ ਜਿਹੜੀ ਤੇਰੇ ਸਿਰ 'ਚ ਖੇ ਪੈ ਰਹੀ ਹੈ ਪਿੰਡ 'ਚੋਂ ਨਹੀਂ, ਤੈਨੂੰ ਪਤਾ ਹੈਗਾ। ਪਈ ਜਾਵੇ ਪਰ ਮਨੋਜ ਗੁਪਤਾ ਹੋਰ ਦੇ ਬਸ ਨਾ ਪਈ, ਤੂੰ ਦੱਸਤੀ ਗੱਲ ਮੈਂ। ਤੂੰ ਸਿੱਧਾ ਹੋ ਕੇ ਮੇਰੀ ਗੱਲ ਸੁਣ ਲਾ। ਹਾਂ ਜਾ ਕੇ ਸਰਪੰਚ ਕੇ ਘਰੇ ਜਾਇਆ, ਨਹੀਂ ਤਾਂ ਉਹਨੇ ਸਮਝ ਲੈਣਾ ਸਾਰਾ ਹੀ ਟੱਬਰ ਲਫੈਂਡ ਹੈ ਤਾਂ। ਮੈਂ ਕਿਉਂ ਜਾਵਾਂ ਸਰਪੰਚ ਕੇ? ਮੇਰੀ ਕਿਹੜਾ ਬਣ ਜਾ ਸਰਪੰਚ ਨਾਲ, ਮੈਂ ਨਹੀਂ ਜਾਂਦਾ ਹੀ ਹੁੰਦਾ। ਉਹਨੂੰ ਮਾੜਾ ਮੋਟਾ ਜਾ ਕੇ ਕਹਿ ਦੇ ਵੀ ਭਾਈ ਇਸ 'ਚ ਸਾਡੀ ਕੋਈ ਗਲਤੀ ਨਹੀਂ, ਜੇ ਤਾਇਆ ਉਹਦੇ ਨਾਲ ਫਿਰਦਾ ਹੈਗਾ ਪਿਆਰੇ ਨਾਲ। ਮੈਂ ਕਿਉਂ ਕਜਾਵਾਂ? ਤਾਇਆ ਫਿਰਦਾ ਪਿਆਰੇ ਨਾਲ ਫਰੀ ਜਾਵੇ, ਮੈਨੂੰ ਕੀ ਚੱਕਰ ਆ? ਆਪਣਾ ਸਰਪੰਚ ਨਾਲ ਘਰ ਵਰਗਾ ਵਰਤਾਵਾ ਤੇਰਾ ਹੋਊਗਾ, ਮੇਰਾ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਮੈਂ ਨਹੀਂ ਜਾਂਦਾ, ਮਰਨੇ ਜੰਮਣੇ 'ਚ ਵਿਚਾਰਾ ਨਾਲ ਨਾਲ ਤਾਂ ਫਿਰਦਾ, ਹੋਰ ਕੀ ਕਰੂੰ? ਤੇਰੇ ਨਾਲ ਫਿਰਦਾ ਹੂੰ, ਮੇਰੇ ਨਾਲ ਥੋੜੀ ਫਿਰਦਾ। ਮੈਂ ਕਹਿੰਦੀ ਹਾਂ ਸਿੱਧਾ ਹੋ ਕੇ ਇੱਕ ਵਾਰੀ ਜਾਇਆ, ਮੈਂ ਤੇਰੀ ਰੋਟੀ ਪਾਣੀ ਬਣਾਉਣੀ। ਮੈਂ ਤਾਂ ਜਾਂਦਾ ਨਹੀਂ ਗਾ। ਐਵੇਂ ਕਿਵੇਂ ਨਹੀਂ ਜਾਂਦਾ? ਫਿਰ ਮੈਂ ਗੱਗੀ ਨੂੰ ਦੱਸੂ। ਜਾਣਾ ਆਹੋ ਜਾਇਆ, ਨਾਲੇ ਮਰਦਾ ਸਰਪੰਚ ਨੂੰ ਹੋ ਜਾਊਗਾ ਵੀ ਇਹ ਤਾਂ ਸਹੀ ਨੇ। ਗੱਗੀ ਜੀ ਕਿੱਥੇ ਨੇ ਨਾਲੇ? ਗੱਗੀ ਤਾਂ ਆਪ ਉਹਨੂੰ ਚੌਂ ਛੱਡ ਰਿਹਾ ਤਾਏ ਦੇ ਵਿਆਹ ਦਾ, ਸ਼ੇਰਵਾਨੀ ਪਾਈ ਫਿਰਦਾ, ਮਾਡਰਨ ਗਿਆ, ਹੁਣ ਸਿੰਮੂ ਨਾਲ ਭੇਜਿਆ ਮੈਂ। ਉਹਦੇ ਅੱਡ ਅੱਗ ਲੱਗ ਰਹੀ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ। ਠੀਕ ਹੋ? ਪੈਰ ਕਿੱਥੇ ਨਹੀਂ ਛੋਡੇ? ਆ ਤੇ ਇੱਧਰ ਆ ਜਾ, ਇੱਧਰ ਲਾ ਦੇਣਾ ਜੀ। ਹੋਰ ਠੀਕ ਹੈ? ਹਾਂ ਜੀ, ਹੋਰ ਠੀਕ ਹੋ ਜੀ? ਠੀਕ ਠਾਕ, ਵਧੀਆ। ਹੋਰ ਦੱਸ ਤੇਰਾ ਵਿਆਹ 'ਚ ਨਿਬੜ ਗਿਆ ਕੰਮ? ਹਾਂ ਹਾਂ, ਵਿਆਹ ਵਧੀਆ ਹੋਗਾ ਜੀ, ਕੁੜੀ ਰਾਜ ਕਰੂਗੀ। ਬੁੰਡਾ ਬਾਰਡਰ ਬਾਕਸ 'ਚ ਲੱਗਿਆ ਹੋਇਆ, 30,000 ਰੁਪਇਆ ਲੈਂਦਾ ਤੇ ਉੱਤੋਂ ਬਣਾ ਲੈਂਦਾ 10,000 ਰੁਪਇਆ। ਨੌਕਰੀਆਂ ਕਿਹੜਾ ਮਿਲਦੀਆਂ ਨੇ, ਵਧੀਆ ਠਿਕਾਣਾ ਮਿਲ ਗਿਆ। ਹਾਂ ਹਾਂ, ਉਹਨੂੰ ਪਹਿਲਾਂ ਮਿਲ ਗਈ ਸੀ, ਉਹਦਾ ਡੈਡੀ ਮਰ ਗਿਆ ਸੀ ਨਾ ਮੁੰਡੇ ਦਾ। ਅੱਛਾ ਅੱਛਾ। ਹਾਂ, ਉਹਦੀ ਦੇ ਦਿੱਤੀ ਸੀ, ਸਪਰੇਅ ਪੀ ਗਿਆ ਸੀਗਾ। ਅੱਛਾ। ਹਾਂ, ਜਨਾਨੀ ਜੀ ਮਗਰ ਜਾਂਦਾ ਤੇ ਉਹਨਾਂ ਨੇ ਕੁੱਟਿਆ, ਬਦਨਾਮੀ 'ਚ ਸਪਰੇਅ ਪੀ ਗਿਆ। ਮੈਂ ਤਾਂ ਮਾੜੀਆਂ ਤੇ ਆ। ਬਸ ਆਈ ਆ ਜੀ ਜੱਗ ਤੇ, ਹੋਰ ਕੀ ਆ। ਹਾਂ, ਹੋਰ ਠੀਕ ਹੋ? ਠੀਕ ਠਾਕ, ਵਧੀਆ। ਸਾਰਾ ਨਿਬੜ ਨਬੜਿਆ ਹੋ ਗਿਆ? ਹਾਂ, ਸਾਰਾ ਹੋ ਗਿਆ ਜੀ, ਵਧੀਆ ਵਿਆਹ ਹੋ ਗਿਆ। 3 ਲੱਖ ਰੁਪਇਆ ਲੱਗਿਆ ਜੀ ਉਹਨਾਂ ਦਾ, ਵਿਚੋਲਿਆਂ ਨੂੰ ਸਾਂਭ ਪਾਤੀ। ਅੱਛਾ। ਮੈਨੂੰ ਕਹਿੰਦੇ ਦਲਵੀਰ ਤੂੰ ਸਿਆਣਾ, 7-8 ਦਿਨ ਮਗਰੋਂ ਲਾਇਆ ਜੀ। ਫਿਰ ਤੈਨੂੰ ਕੀ ਦਿੱਤਾ?
ਮੈਨੂੰ ਤਾਂ ਕੀ ਦੇਣਾ ਸੀ, ਮੈਂ ਤਾਂ ਭਾਜੀ ਦਿੰਦੇ ਦੀ ਭਾਜੀ ਮੈਂ ਲੈ ਕੇ ਨਹੀਂ ਆਇਆ। ਚਲੋ ਕੰਬਲ ਦਿੰਦੇ ਦੀ ਮਹਾ ਮੇਰੇ ਸਾਲੋ, ਮੈਂ ਕਿਹੜਾ ਚਿਰਾਗ ਲਾਉਣ ਆਇਆ ਤੁਹਾਡੇ, ਹੈ ਮਹਾ ਕੋਈ ਜੀਣ ਦੇ ਦੋ, ਕੋਈ ਹੋਰ ਵਧੀਆ ਚੀਜ਼ ਦੇ ਦੋ। ਕੁੜਤਾ ਪਜਾਮਾ ਲੈ ਦਿੰਦੇ 14-15। ਨਾ ਨਾ ਫਿਰ ਮੈਂ ਬੋਲਿਆ ਨਹੀਂ, ਮੈਂ ਵੀ ਅਫਸਰਾ 3 ਵਾਰੀ ਮੈਂ ਸਰਬ ਸਿੱਖਿਆ ਭੈਣ ਤੋਂ ਮੈਂ ਹੋ ਗਿਆ। ਹੈ ਹੋਰ ਠੀਕ ਹੋ? ਠੀਕ ਆ ਭਾਈ, ਵਧੀਆ ਠੀਕ ਠਾਕ। ਮੈਂ ਤਾਂ ਆਇਆ ਸੀਗਾ ਵੀ ਕੀ ਤੁਸੀਂ ਚੱਕਰ ਜਿਹਾ ਪਾ ਰੱਖਿਆ ਹੈਗਾ ਮੇਰੇ ਦਾ, ਜਦੋਂ ਮੈਂ ਘਰੇ ਵੜਿਆ ਜਸਨੀਤ ਤਾਂ ਮੇਰੇ ਉਹਦੀ ਗੱਲ ਪੈ ਗਈ, ਕਹਿੰਦੀ ਐ ਕਰਕੇ, ਕਹਿੰਦੀ ਪਤਾ ਨਹੀਂ ਪਿਆਰੇ ਹੋਰੇ ਕੀ ਜਾਂਦਾ ਚੜਿਆ। ਮੈਂ ਤਾਂ ਆਇਆ, ਮੇਰੀ ਤਾਂ ਆਵਾਜ਼ ਵੀ ਖਰਾਬ ਹੋਈ ਪਈ, ਕੂਕਾ ਮਾਰੀ ਗੋਦੇ ਡੀਜੇ ਤੇ। ਆ ਛੋਡਾ ਕਿ ਨਾ ਪੱਟੀ ਮੇਸ ਦੀ ਜੜਾ ਜਿਹੜਾ ਪਿਆਰਾ। ਕਿਹੜਾ ਜੀ ਪਿਆਰਾ? ਜਿਹੜਾ ਘਸੇੜਿਆ ਖੜਿਆ ਤੁਸੀਂ ਨੇ, ਉਹ ਤਾਂ ਤਾਇਆ ਜੀ ਨੇ ਛੇੜਿਆ। ਆਹੋ ਛੇੜਾ ਤਾਏ ਨੇ ਉਹ। ਅਸੀਂ ਤਾਂ ਕਿਹੜਾ ਕੁੱਟਤਾ ਦੀ ਕੁੱਟ ਕੇ ਘਰੇ ਛੱਡਿਆ, ਇਹ ਤਾਂ ਦੁਬਾਰੇ ਪਤਾ ਨਹੀਂ ਕਿਵੇਂ ਕੋੜ ਲਾ ਲਿਆ ਜੀ ਮੈਂ ਦਬੱਲੂ ਨੂੰ ਕੋਈ ਨਾ। ਉਹ ਤਾਂ ਪਵਾੜੇ ਦੀ ਜੜਾ ਸਾਰੀ। ਹੋਰ ਕੀ ਕਹਿੰਦੇ ਤੁਹਾਨੂੰ, ਪਤਾ ਨਹੀਂ ਕਿਵੇਂ ਪੁੱਠਾ ਪੱਠਾ ਬੋਲਤਾ। ਮਹਾ ਪੁੱਛੇ ਨਾ ਪਿਉਂਦੀ ਵੇਰ ਜਿੱਡਾ ਉਹਦਾ ਕੱਦ। ਹਾਂ ਚਹਾਰੇ ਵਰਗਾ ਉਹਦਾ, ਪਿਉਂਦੀ ਤੋਂ ਵੀ ਘੱਟ ਹੀ ਆ ਜੀ ਉਹਦਾ ਤਾਂ। ਹਜੇ ਅੰਨਾ ਜਲਾਹਾ ਮਾਂ ਨਾਲ ਮਸ਼ਕਰ, ਉਹੀ ਉਹੀ ਮੈਨੂੰ ਆ ਕੇ ਮਸ਼ਕਰੀਆਂ ਕਰਦਾ। ਕੀ ਕਹਿੰਦਾ ਸੀ? ਪਿਆਰਾ? ਹਾਂ ਪਿਆਰਾ। ਹਾਂਜੀ ਉਹ ਇੰਨਾ ਕੁ ਟੱਪ ਟੱਪ। ਕੀ ਕਹਿੰਦਾ? ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਆ ਹੱਥ ਕਰ। ਹਾਂ ਮਹਾ ਲੈ, ਕਹਿੰਦਾ ਲੈ ਤੇਰੇ ਪੁੱਤ ਦਾ ਰੁਪਈਆ, ਮੈਂ 7 ਵਾਰੀ ਨਿਸ਼ਕਾਰਿਆ। ਹਾਂਜੀ ਫਿਰ ਕਹਿੰਦਾ ਆ ਹੱਥ ਕਰ, ਮਹਾ ਲੈ, ਕਹਿੰਦਾ 13 ਰੁਪਈਆ। ਬੇ ਮਹਾ ਮੇਰਾ ਰੁਪਈਆ? ਅੱਛਾ ਵੀ ਤੁਹਾਨੂੰ ਰੁਪਈਆ ਫੜਾਉਂਦਾ ਦੀ ਉਹ? ਤੁਸੀਂ ਹੁਣ ਦੋਨੇ ਰੁਪਈਏ ਫੜ ਲੈ। ਫੜ ਲੈ ਮੈਂ ਤਾਂ 2 ਰੁਪਈਏ। ਲਓ ਜੀ ਮੁੰਡੇ ਵਾਲਾ ਰੱਖ ਲਓ, ਪਿਆਰ ਵਾਲਾ ਮੈਨੂੰ ਮੋੜ 2 ਰੁਪਈਆ, ਜਿਹਦੇ ਕਰਕੇ ਚੱਕਰ ਪਿਆ। ਮੋੜ ਦੂੰਗੀ ਭਾਈ, ਮੈਂ ਤਾਂ ਗੁਰਦੁਆਰੇ ਮੱਥਾ ਟੇਕ ਕੇ ਹੀ। ਚਲੋ ਆ ਵੀ ਠੀਕ ਆ, ਖਜ਼ਾਨੇ ਪੈ ਗਏ। ਹਾਂ ਉਹਨੂੰ ਸਮਝਾ ਲਈ। ਕੋਈ ਨਾ ਕੋਈ ਨਾ, ਮੈਂ ਤਾਂ ਹੀ ਆਇਆ ਦੀ ਵੀ ਚਲੋ ਜਿਹੜਾ ਕੁਝ ਹੋ ਗਿਆ ਉਹ ਤਾਂ ਹੈਗੇ ਨੇ, ਜਿਹੇ ਜਿਹੇ ਹੈਗੇ ਨੇ। ਮੈਂ ਚਲੋ ਮੇਰੀ ਤਾਂ ਇੱਜ਼ਤ ਹੈ ਨਾਲੇ ਜਸਨੀਤ ਦੀ ਆਪਣੀ ਦੀ। ਮੇਰਾ ਪੁੱਤ ਹਰਖਿਆ ਫਿਰਦਾ, ਉਹਦੇ ਟੰਗਾ ਤੋੜੂ। ਇੱਧਰ ਸਾਡੀ ਵੀਹੀ ਚ ਨਹੀਂ ਆਏ, ਜੇ ਸਾਡੀ ਵੀਹੀ ਚ ਆ ਕੇ ਫੜ ਕੇ ਮੁਰਗੇ ਵਾਂਗੂ ਮਹੀ ਮਰੋ। ਤੁਸੀਂ ਐਂ ਕਰੋ ਪਿਆਰੇ ਦੀਆਂ ਤੋੜੋ, ਉਸੇ ਦੇ ਤੋੜੂ। ਹਾਂ ਮੇਰੇ ਤਾਏ ਦੇ, ਕਿਉਂਕਿ ਜੇ ਉਹਦੇ ਤੋੜ ਤੇ ਸਾਨੂੰ ਉਥੇ ਗੂੰ ਚੱਕਣਾ ਔਖਾ ਹੋ ਜੂ ਜੀ। ਮੈਂ ਤੇਰੇ ਨੂੰ ਡੋਕਿਆ ਉਹਨੂੰ। ਹਾਂ ਹਾਂ ਉਹਦੇ ਜੁੰਡੇ ਬੋਲਦੀ ਆ। ਜੇ ਕੋਈ ਕਾਗਜ਼ੀ ਕਾਰਵਾਈ ਕਰਵਾਉਣੀ ਹੈ ਮੇਥੋਂ ਕਰਵਾ ਲਓ, ਵੀ ਵਕੀਲ ਜਾਣਦੇ ਨੇ ਮੈਨੂੰ, ਐਡਵੋਕੇਟ ਉਥੇ ਸੰਗ। ਨਹੀਂ ਸਾਰਾ ਕੁਝ ਕਰ ਦੂੰ ਉਹਦਾ। ਹਾਂ ਬਸ ਕਰੋ ਤੁਸੀਂ, ਪਰ ਹੋਰ ਸਾਡੇ ਵੱਲੋਂ ਮਾਫੀ ਜੇ ਕੋਈ ਅਸੀਂ ਕਹਿ ਦਉ ਨਹੀਂ ਨਿੱਕੀ। ਮਾਫੀ ਕਰ ਦਈਏ ਤੁਹਾਡੇ ਵੱਲੋਂ ਵੀ ਸਾਡਾ ਬੰਦੇ ਨੂੰ ਸਮਝਾਓ ਤੁਸੀਂ ਜਿਹੜਾ ਖੁੱਲਾ ਛੱਡ ਰੱਖਿਆ। ਕੋਈ ਨਾ ਜੀ, ਕੋਈ ਨਾ ਤਾਂ ਕਹਿ ਦਾਂਗੇ, ਪਰ ਜੀ ਪਿਆਰੇ ਨਾਲ ਤੁਸੀਂ ਆਪਦਾ ਦੇਖ ਲਿਓ ਹਨਾ। ਚਲੋ ਸਾਡੇ ਵਾਲੇ ਨੂੰ ਤੁਸੀਂ ਬਖਸ਼ੋ, ਉਹਨਾਂ ਨਾਲ ਕੁਝ ਮਾਰੋ, ਸਾਨੂੰ ਔਖਾ ਹੋ ਜੂ। ਜੇ ਦੋਏ ਮਿਲ ਕੇ ਦੋਵਾਂ ਨੂੰ ਛੁਲਕਾਂਗੇ। ਕੋਈ ਨਾ, ਜਿਵੇਂ ਫਿਰ ਤੁਸੀਂ ਕਰਨਾ ਹੀ ਕਰ ਦਿਓ, ਪਰ ਸਾਥੋਂ ਤਾਂ ਨਹੀਂ ਕੋਈ ਗਲਤੀ ਹੋਈ ਹੁਣ ਤੱਕ। ਸਾਥੋਂ ਤਾਂ ਕੀ ਗਲਤੀ ਹੋਈ? ਹਾਂ ਬੈਠੀ ਆ ਜੂ, ਮਾਰ ਲਿਆ ਕਰੋ ਗੇੜਾ। ਆਵਾਂਗੇ ਭਾਈ, ਆਵਾਂਗੇ। ਹਾਂ ਹੋਰ ਤਾਂ ਠੀਕ ਆ ਸਾਰਾ? ਹਾਂ ਹਾਂ ਠੀਕ ਠੀਕ ਆ ਜੀ, ਠੀਕ ਆ। ਕੋਈ ਨਾ, ਆਵਾਂਗੇ ਜ਼ਰੂਰ। ਕੀ ਬਣਾਈ ਜਾਂਦੇ ਹੋ ਜੀ? ਕੀ ਬਣਾਈ ਜਾਂਦੇ ਹੋ? ਆਲੂ ਮਟਰਾਂ ਦੀ ਸਬਜ਼ੀ। ਅੱਛਾ, ਬਣ ਗਈ? ਹਾਂ ਤਰਖੇ ਬਸ ਹੁਣ ਬਣ ਜਾਂਦੀ ਆ। ਹਾਂ ਮਸਾਲਾ ਪਾ ਕੇ। ਹੈ ਹਾਂ ਮਸਾਲਾ ਫਿਰ ਆ ਕੌਲੀ ਦੇਓ ਸਾਨੂੰ, ਫਿਰ ਅੱਜ ਖਾਵਾਂਗੇ। ਹਾਂ ਤੁਸੀਂ ਤਾਂ ਮੰਗਦੀ ਰਹਿੰਦੇ ਕਦੇ ਮਟਰ ਪਨੀਰ, ਕਦੇ ਕੁਸ। ਬਸ ਫਿਰ ਆਈ ਮੈਂ ਤਾਂ ਕਹਿੰਦੇ ਨੇ ਜਸਨੀਤ ਨੇ ਮਾਸੀ ਸਬਜ਼ੀ ਬਣਾਈ ਹੈ। ਹੈ ਮੰਗ ਕੇ ਲੈ ਜਾਣਾ ਮਟਰ ਪਨੀਰ ਦੀ ਸਬਜ਼ੀ। ਕੋਈ ਨਹੀਂ ਕੋਈ, ਮੰਗ ਕੇ ਲੈ ਜਾਣਾ ਆਲੂ ਗੋਭੀ, ਮਾਸੀ ਸਾਗ ਪਾਈ ਭਰ ਕੇ ਡੌਂਕਾ ਲੈ ਜਾਣਾ, ਪੁੱਛਦੀ ਨਹੀਂ ਹੈਗਾ ਕਿਸੇ ਨੂੰ। ਕੋਈ ਨਹੀਂ ਕੋਈ ਨਾ, ਸਾਰੀ ਕਣਕ ਖਾਈ ਹੋਈ ਦਿੱਤੀ ਹੈ ਟੀਪੂ ਆ, ਇਹ ਤਾਂ ਸੁਕਾਉਣੀ ਪੈਣੀ ਹੁਣ ਮੈਨੂੰ। ਸੁਸਰੀ ਭਈਆ, ਸਤਿ ਸ੍ਰੀ ਅਕਾਲ ਮੈਡਮ ਜੀ। ਓਹੋ ਕਿਉਂ ਇੰਨਾ ਬਹੁਤ ਚੱਕਿਆ ਜੀ? ਆ ਕਣਕ ਜੀ ਸੁਕਾਉਣੀ ਸੀ ਮੜ ਜੀ। ਛੱਡ ਦੋ ਜੀ, ਮੈਂ ਚੱਕ ਲੈਣਾ, ਕਿੱਥੇ ਚੱਕਣੀ ਬੋਲੋ। ਤੂੰ ਕੱਲਾ ਹੀ ਤੁਰਿਆ ਆਉਣਾ, ਗੱਗੀ ਕਿੱਥੇ ਆ? ਗੱਗੀ ਮੇਰੇ ਨਾਲ ਥੋੜੀ ਸੀਗਾ ਜੀ, ਗੱਗੀ ਤਾਂ ਆਪਦਾ ਬਾਗ ਗਿਆ ਸੀਗਾ। ਕਿਉਂ ਤੇਰੇ ਨਾਲ ਤਾਂ ਸ਼ੇਰਵਾਨੀ ਮੋੜਨ ਗਿਆ ਗੱਗੀ? ਕੌਣ ਕਹਿੰਦਾ ਮੇਰੇ ਨਾਲ ਸ਼ੇਰਵਾਨੀ ਮੋੜਨ ਗਿਆ, ਮੈਂ ਤਾਂ ਘਰੇ ਗਿਆ ਸੀਗਾ ਜੀ। ਮੇਰੇ ਤਾਂ ਸਾਹਮਣੇ ਗਿਆ। ਹਾਂ ਮੈਂ ਤਾਂ ਘਰੇ ਬਾਗ ਗਿਆ ਸੀਗਾ ਜੀ, ਗੱਗੀ ਤਾਂ ਕਹਿੰਦਾ ਮੈਂ ਜਾ ਕੇ ਆਉਣਾ ਕਿ ਬੰਬ ਕੋਲ ਜਾਣਾ, ਮੈਂ ਨਾ ਲੰਘ ਗਿਆ ਹੋਣਾ ਕਿਤੇ। ਚੱਲ ਕਰਾ ਦੇ ਪਾਸੇ। ਇਹ ਤਾਂ ਕਰਾ ਦੇਣਾ ਜੀ ਤੁਸੀਂ, ਕਿਵੇਂ ਨਖਰੇ ਜੇ ਫਿਰਦੇ ਹੋ ਅੱਜ? ਕਿਉਂ ਕੀ ਹੋ ਗਿਆ? ਜਮਾ ਰਾਵੀ ਮੈਡਮ ਵਰਗੇ ਲੱਗ ਰਹੇ ਹੋ ਮੈਡਮ ਜੀ, ਪੀਲਾ ਪੀਲਾ ਸੂਟ ਤੇ ਕਿਹੜੀ ਰੰਗਾ। ਹੁਣ ਆ ਰਾਵੀ ਨਵੀਂ ਕੰਜਰੀ ਕਿਹੜੀ ਆ ਗਈ? ਪਹਿਲਾਂ ਮਨੋਜ ਗੁਪਤਾ ਥੋੜੀ ਸੀ, ਸਕੂਲ ਵਾਲੀ ਨਹੀਂ ਜੀ, ਨੀਰੂ ਬਾਜਵਾ ਨਹੀਂ ਹੈਗੀ ਜਿਹੜੀ ਕਲੀਜੋਟਾ ਫਿਲਮ 'ਚ, ਜਿਵੇਂ ਉਹਦੇ ਵਰਗੇ ਲੱਗਦੇ ਹੋ ਜੀ। ਆ ਉੜੇ ਅੜੇ ਵਾਲੀ ਚੁੰਨੀ, ਕੈਸੀ ਗੱਲ ਹੋ ਗਈ ਹੈ। ਅੱਛਾ ਹੋਰ ਜੀ, ਇੰਨੀ ਸੋਹਣੀ ਲੱਗਦੀ। ਆ ਤਾਂ ਛੱਡ ਦੋ, ਆ ਲੈ ਛੱਡਤਾ, ਚੱਕ ਲੈ ਕੱਲਾ। ਚੱਕ ਤਾਂ ਮੈਂ ਕੱਲਾ ਲਊਂਗਾ ਜੀ, ਮੈਨੂੰ ਐਂ ਦੱਸੋ ਕਦੇ ਕੋਈ ਹੈ ਨਹੀਂਗਾ? ਨਹੀਂ ਕੋਈ ਨਹੀਂ ਹੈਗਾ। ਮਾਸਟਰ ਨੇ ਆਉਣਾ ਸੀਗਾ। ਆ ਗਿਆ ਫਿਰ। ਕਿੱਥੇ ਆ ਜੀ? ਬਾਹਰ ਨੂੰ ਲੰਘਿਆ ਹੁਣੀ। ਵਗ ਗਿਆ? ਹਾਂ। ਕਦੋਂ ਕਹੋਗੇ ਜੀ? ਅੱਧਾ ਕੁ ਘੰਟਾ ਤਾਂ ਲੱਗ ਹੀ ਜਾਣਾ। ਚਲੋ ਸ਼ੁਕਰ, ਅੱਧੇ ਘੰਟੇ 'ਚ 5 ਮਿੰਟ ਲਊਂਗਾ ਜੀ। ਕਾਹਦੇ ਵਾਸਤੇ? ਥੋੜ੍ਹੀ ਦੇਰੀ ਵਾਸਤੇ ਜੀ, ਮੈਂ ਕਹਿੰਦਾ ਮੈਡਮ ਜੀ ਜ਼ੁਲਮਟਾ ਰੱਖਿਆ ਜੀ, ਕੈਸੀ ਗੱਲਬਾਤ ਹੋਈ ਪਈ ਆ, ਊੜਾ ਆੜਾ ਸਾਰਾ ਚੁੰਨੀ 'ਚ ਸਾਂਭੀ ਬੈਠੇ ਹੋ ਜੀ। ਇਹਦੀ ਤਾਂ ਕਿਸੇ ਨੇ ਗ੍ਰਾਸ ਤਰੀ ਸਾਂਭੀ ਹੋਣੀ ਜਿੰਨੀ ਤੁਸੀਂ ਸਾਂਭ ਰੱਖੀ ਆ, ਤੱਕ ਨਾ ਨਹੀਂ ਆ, ਖਾਲੀ ਦੇਖਦੇ ਹੁੰਦੇ ਸੀ ਜੀ, ਅੱਜ ਤਾਂ ਭਰਿਆ ਪਿਆ ਜੀ ਕੜਾਈ ਨਾਲ, ਦੇਖੋ ਕੈਸੀ ਗੱਲਬਾਤ ਹੋਈ ਪਈ ਹੈਗੀ। 5 ਮਿੰਟਾਂ 'ਚ ਜੀ 1 ਮਿੰਟ ਹੋਰ ਲਊਂਗਾ। ਹੁਣ ਹੁਣ ਕੀ ਰਹਿ ਗਿਆ? ਸ਼ੇਰ ਜਾ ਰਿਹਾ ਇੱਕ, ਚੱਲ ਸੁਣਾ ਦੇ। ਤੁਸੀਂ ਲੱਗਦੇ ਹੋ ਮੈਨੂੰ ਰਾਵੀ ਨਦੀ ਵਰਗੇ, ਮੈਂ ਕੌਲਾਂ ਵਾਲਾ ਟੋਬਾ। ਤੁਸੀਂ ਲੱਗਦੇ ਹੋ ਮੈਨੂੰ ਰਾਵੀ ਨਦੀ ਵਰਗੇ।
ऐसे ती फोकस करके रखो जी तुसी होर की देते खड़ा फोकस दसी कथे रखनी है जी आ इथे रख दिया कंद नाल ना दे बस बाकी दलवीर आऊंगा मैं आप ही करा लूं तुसी आले सिमू हुन तो बथेरी पकाई मार ले हुन तू मने दस तू की काम आया इथे मैं तो आया सी मैं ब्याह वाले घर कोई काम कुम हों कोई हलवाई नाल काम हो कोई सीधा सुधा लिया कोई चूरा चारा पटाया हो मैं कोई चूरा चारा नहीं पटानी कोई इतने ब्याह वाला घर नहीं मैं तेरे बोधे पट दूँ तेरा मुँह ही मुँह कुटू बढ़ जाए इतों जा हूँ जाऊंगा जी फिर मैं दिमाग खराब करके रखा हो ही मुड़ के इतने हद होगी ना कि मेरी मादर इन ला नींद दे गोरे रंग दी घेर फिर कर दी ना कि मेरी मादर इन ला नींद दे ना कि मेरी मादर इन ला नींद दे गोरे रंग दी ब्यूटी फिर कर दी सतरी कर गगी जी सतरी कर दी जी आ गया तू हां आ गया की बुनिया बैठे हैं हैं आ की बुनिया बैठे हैं हट जा मैं फेस पैक ला रहा फेस पैक खत्म हो जाने ਇਕੋਰੇ ਮੇਰੇ ਟੱਕ ਲੱਗਿਆ ਹੋਇਆ ਸੀ ਕਹਿੰਦੇ ਟੱਕ ਵੀ ਮਿਟ ਜੂਗਾ ਗਡਾਸੀ ਮਾਰੀ ਦੀਗੀ ਮੈਂ ਤਾਂ ਤੈਨੂੰ ਐ ਕਹਿਣਾ ਕਿਉਂ ਜਲੂਸ ਕੱਢੀ ਇਹਨੂੰ ਕੋਈ ਵਿਆਹ ਵੀ ਨਹੀਂ ਹੁੰਦਾ ਕਿਉਂ ਕੰਜਰ ਕਿੱਤਾ ਪਾਇਆ ਘਰੇ ਕੋਈ ਵਿਆਹ ਕਿਉਂ ਨਹੀਂ ਹੁੰਦਾ ਹੈਗਾ ਕਿਹੜਾ ਵਿਆਹ ਹੋਊਗਾ ਪਹਿਲੇ ਮੈਨੂੰ ਐ ਦੱਸੋ ਹਟ ਜਾ ਕਰੋ ਜਲੂਸ ਕੱਢਣੋਂ ਮੈਥੋਂ ਵਿਆਹ ਰੱਖਿਆ ਹੋਇਆ ਤਾਏ ਦਾ ਵਿਆਹ ਹੈਗਾ ਸੋਹਣਾ ਲੱਗਦਾ ਤਾਇਆ ਵਿਆਹ ਕਰਾਉਂਦਾ ਕਿਉਂ ਨਹੀਂ ਸੋਹਣਾ ਲੱਗਦਾ ਉਹ ਮਰ ਜਾਣਾਗਾ ਕੋਈ ਵਿਆਹ ਕਿਉਂ ਕਿ ਤੂੰ ਵਿੱਚੋਂ ਕਰਿਆ ਕਰ ਪਰ ਤਾਂ ਵਗ ਜਾਣਗੇ ਘਰੇ ਸਾਰਿਆਂ ਦੀ ਸੋਚ ਪਤਾ ਮੈਨੂੰ ਆ ਹੋਣਾ ਕਾਰਜ ਕਿਵੇਂ ਸੰਪੂਰਨ ਕਰ ਦਾਂਗਾ ਤੂੰ ਲਾ ਇਹਨੂੰ ਯਾਰ ਆ ਜੇ ਮੈਂ ਲਾ ਤੂੰ ਕਿਵੇਂ ਲਾਉਂ ਹੁਣ ਕਿਵੇਂ ਲਾਉਣਾ ਵਾ ਲਾਗਾ ਫੜ ਜਾ ਚੱਕਣ ਨਾਲੇ ਮੈਂ ਭਾਵੇਂ ਨਹੀਂ ਨਹੀਂ ਤਿਆਰੀਆਂ ਕਰਖੀਆਂ ਨੇ ਮੈਂ ਤਾਂ ਜਾਗੋ ਤੇ ਪਰਫਾਰਮੈਂਸ ਵੀ ਦੇਣੀ ਆ ਸਾਰਿਆਂ ਨੂੰ ਦਿਖਾਵਾ ਤੈਨੂੰ ਦੇਖੇਗਾ ਮੈਂ ਨਹੀਂ ਦੇਖਦਾ ਓਏ ਓਏ ਕਿਵੇਂ ਦੇਖਦਾ ਚੱਲ ਦੇਖਦਾ ਹਾਂ ਹਾਂ ਦੇਖੂਗਾ ਅੱਖਾਂ ਨਾ ਮੀਚਣੀ ਇੱਧਰ ਦੇਖ ਮੇਰੇ ਕਣੀ ਐਂ ਰੱਖੀ ਇੱਧਰ ਦੇਖ ਐਂ ਰੱਖ ਬਸ ਐਂ ਰੱਖ ਆ ਹੱਥ ਚ ਕਰਚ ਪੜ ਕੇ ਹੈਂਡ ਚ ਜਦੋਂ ਉਹਨੇ ਪਹਿਲਾਂ ਤਾਂ ਬਾਬੇ ਨਾਨਕ ਦਾ ਚੱਲ ਬਾਬੇ ਨਾਨਕ ਚਲਾਉਂਦਾ ਜਾ ਸਾਰਾ ਹਨਾ ਵਧੇ ਕਰਕੇ ਇਸ ਤੋਂ ਬਾਅਦ ਜਦੋਂ ਜਾਗੋ ਚੱਕ ਲਈ ਕੀ ਹੋ ਗਿਆ ਨਾਲਿਆ ਕਰਗਾ ਉਹ ਤੂੰ ਵਿੱਚ ਕੀ ਹੋ ਗਿਆ ਹੁਣ ਛੇਤੀ ਕਰ ਯਾਰ ਜਿਹੜਾ ਕਰਨਾ ਕਰ ਬਿਹਾਰ ਫਿਰ ਚੱਲੀ ਆਏ ਹੈ ਦੇਖੀ ਆ ਰਾਈਟ ਹੱਥ 'ਚ ਮੇਰੇ ਕਿਰਚ ਹੈ ਮੁੱਛਾਂ ਨੂੰ ਵਾਟਾ ਕੋਈ ਕੀ ਨਸ ਪੈਰਾ ਲੈ ਜੂ ਗਾਨ ਨਾਗ ਸਾਹਮਣੇ ਕੰਜ ਲੈਣ ਵਾਲੀ ਹੋ ਗਈ ਨਾਗ ਦੀ ਖੜ ਜਾ ਚੱਲ ਬਈ ਜੀ ਬੈਠ ਕੇ ਦਿਖਾ ਤੂੰ ਨੱਚ ਤਾਏ ਦਾ ਵਿਆਹ ਨੱਚ ਨੱਚ ਇੰਨੇ ਤੂੰ ਮੈਨੂੰ ਸਿਖਿਆ ਦੇਣੇ ਕਿਹੜੇ ਕਿਹੜੇ ਸਟੈਪ ਕਰਨਗੇ ਤੂੰ ਮੈਨੂੰ ਦੱਸ ਤੇਰੀ ਦਾਣ ਇਹਨੂੰ ਕਾਜੀ ਆਪ ਜੂ ਗਾਣੀ ਨਾਗ ਸਾਵਣਾ ਨਾਗ ਸਾਂਭਲੇ ਜੁਲਫਾਂ ਦੇ ਪਦਮ ਨੀ ਬਣਨਾ ਓਏ ਨਾਗ ਸਾਂਭਲੇ ਜੁਲਫਾਂ ਦੇ ਗੋਰੀ ਗਰਦਨ ਧੌਂਸ ਰਾਹੀ ਵਿੱਚ ਤਰਦਾਣੀ ਮਣਕਾ ਸਾਡੇ ਪਿੰਡ ਦੇ ਵਿੱਚ ਮੁੰਡੇ ਲਾਉਂਦੇ ਨੇ ਗੇ ਰੜਕਾ ਜਿੱਥੇ ਮਰਜ਼ੀ ਤੂੰ ਆ ਜਾ ਜਿੱਥੇ ਮਰਜ਼ੀ ਤੂੰ ਆ ਜਾ ਮਿੱਤਰਾਂ ਦੇ ਨਾਲ ਚੱਲਦਾ ਉਹ ਗੱਗੀ ਖਾਣੇ ਵਾਲੀਆ ਗੱਖ ਚੰਗਾ ਆਤਰਾ ਨੀ ਪੂਰਾ ਹੋਇਆ ਗੱਗੀ ਖਾਣੇ ਵਾਦੀਆ ਗੱਗੀ ਖਾਣੇ ਵਾਦੀਆ ਗੱਗੀ ਖਾਣੇ ਵਾਦੀਆ ਨਾ ਨਹੀਂ ਮਿੱਤਰਾਂ ਦੇ ਵਿੱਚ ਪੂਰਾ ਨਾਂ ਚੱਲਦਾ
चाकू किथे तोड़ देगा लत्त किथे तोड़ देगा लत्त मेरे बापू किथे तोड़ देगा तू मेरे नच सकदा मैं आपका कराई ती बंदे लिया तेरे तो एनर्जी नहीं है चल बस 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 एक 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 गाना रह गया उधर अथने तैयारी कर लेंगे अपन बस बस ताई दा ब्याह थी हैं ताई दा हां ताई दा ब्याह गए सारे ब्याह हो गए अपने हां हो गए हां हो गए हो गए बस सुना रह गया ले छड़नी पीड़ी दा पावानी साडा की है दावानी दा ब्याह वाले लेनी चले बाप मेरे ने मेनू गोदी चुक चुक लाड़ लड़ाए सी ਇਹਨੀ ਚਾਹੁੰਦਾ ਬਾਬਣ ਮੇਰਾ ਹੱਸ ਹੱਸ ਡੋਲੀ ਪਾਵੇ ਨੀ ਦੂਰ ਖੜਾ ਐ ਮੈਂ ਕਾਤੋ ਰੋਈ ਜਾਣਾ ਬਾਬਲਾ ਵੇ ਰੱਖਦਾ ਸੀ ਜਾਣ ਤੋਂ ਪਿਆਰੀ ਨੀ ਆ ਲੈ ਮਾਏ ਛਿੱਛੀ ਕਰ ਨੀ ਆ ਲੈ ਮਾਏ 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 ਸ਼ਾਮ ਕੀਜ਼ ਡਾਟਰਸ ਘਰ ਚੱਲੀਆਂ ਸਰਦਾਰੀ ਨੀ ਆ ਲੈ ਮਾਏ ਸ਼ਾਮ ਕੀਜ਼ ਬਾ ਠੀਕ ਆ ਜਾ ਆਜਾ ਆਜਾ ਬਸ ਆਥਨੇ ਗੁੰਡੇ ਨਾਲ ਤਿਆਰੀ ਕਰਨੀ ਆ ਹੋ ਗਿਆ ਬਿਆ ਆਥਨੇ ਗੁੰਡੇ ਨਾਲ ਹੁਣ ਤਾਂ ਨਹੀਂ ਕੋਈ ਬਿਆ ਨਾ ਬਾ ਮਿਲਣੀ ਰਹੀ ਗੱਲੀ ਮੈਂ ਨਹੀਂ ਨੱਚਦਾ ਹੈਂ ਭਾਈ ਜਾ ਜਾਦਾ ਮੈਂ ਲੈ ਲੈ ਆ ਜਾ ਉਰੇ ਆ ਹਾਏ ਆ ਤਾਂ ਨਹੀਂ ਲਾਉਣਾ ਤੂੰ ਮੇਰੀ ਗੱਲ ਸੁਣੋ ਜੀ ਲਿਸਨ ਇਹ ਵਿਆਹ ਨਾ ਕਰੋ ਤੁਸੀਂ ਘਰੇ ਕਿਉਂ ਆਪਣਾ ਘਰ ਰੁੱਜੂ ਜੀ ਛੋਟੀ ਭੈਣ ਦਾ ਘਰ ਰੁੱਜੂ ਭੈਣ ਦੀ ਗਲੀਚਾਂ ਹੈ ਕਿ ਮੈਂ ਰੁੱਜੂ ਹੈ ਦੇਖੋ ਜੀ ਜਦੋਂ ਮਨੋਜ ਗੁਪਤਾ ਤਾਇਆ ਜੀ ਨਾਲ ਮੈਰਿਜ ਕਰਵਾਉ ਤੁਸੀਂ ਸੌਕਣ ਸੌਕਣੇ ਫਿਲਮ ਦੇਖੀ ਐਮੀ ਵਿਰਕ ਦੀ ਜੀ ਕਿਹੜੀ ਜੀ ਇਹਦੇ ਵਿੱਚ ਨਿਮਰਤ ਖਹਿਰਾ ਹਾਂ ਉਹ ਜੀ ਸਰਗੁਣ ਮਹਿਤਾ ਜੀ ਚ ਕੰਨਾ ਜੱਫ ਪੈਂਦਾ ਹੁੰਦਾ ਕਰਾਸ਼ਾ ਮੇਰੀ ਅੱਛਾ ਜੀ ਮੇਰੀ ਗੱਲ ਸੁਣੋ ਕੋਈ ਨਾ ਜੀ ਤੁਸੀਂ ਉਹਦੇ ਨਾਲ ਨਾ ਵਿਆਹ ਕਰਾਓ ਜੀ ਕਿਉਂ ਨਾ ਕਰਾ ਮਾਂ ਆਪਣਾ ਘਰ ਰੁੱਲ ਜੂ ਜੀ ਮਨੋਜ ਗੁਪਤਾ ਦੇਖੋ ਜੀ ਪੜ੍ਹੀ ਲਿਖੀ ਆ ਆਪਣੇ ਘਰੇ ਆ ਕੇ ਉਹਦੇ ਪੱਖੋ ਵੱਖ ਡਿਮਾਂਡਾਂ ਹੋਣਗੇ ਤਾਇਆ ਜੀ ਆਪਣਾ ਸਾਰਾ ਘਰ ਖਾ ਜਾਣਗੇ ਜੀ ਤਾਇਆ ਕਰ ਦੂਗਾ ਪੂਰੀ ਯਾਰ ਕਾਹਨੂੰ ਕਰ ਦੂਗਾ ਜੀ ਆਪਣੇ ਤੇ ਵਜਨ ਆਊਗਾ ਤੂੰ ਆਥੋ ਚ ਮਤਦਾਨ ਤਾਏ ਤੇ ਠੀਕ ਹੈ ਨਾ ਭੈਣ ਦੀ ਬਰੌਨੀ ਕਰ ਦੂੰ ਤੇਰੀ ਮੈਂ ਨਾਲੇ ਉਮਰ ਜਾਣਾ ਤੂੰ ਫਿਰ ਕੀ ਹੁੰਦਾ ਜੇ ਤਾਏ ਦਾ ਘਰ ਬਸਦਾਗਾ ਤੇਰਾ ਵੀ ਤਾਂ ਬਸੇ ਦੀ ਮੈਂ ਭੈਣ ਨਾਲ ਮੈਂ ਛੋਡਾ ਹੋਰ ਕੁੜੀ ਨਾਲ ਕਰਵਾ ਦੂੰ ਜੀ ਪਰ ਜੀ ਐ ਨਾ ਕਰੋ ਮੈਂ ਛੋਡਾ ਕਰਵਾ ਦੂੰਗਾ ਕਿਹਦੇ ਨਾਲ ਪਰ ਤਾਇਆ ਜੀ ਦਾ ਰਹਿ ਮੈਨੂੰ ਨਹੀਂ ਮਲੋਜ ਪਸੰਦ ਆਈ ਵੀ ਆਪਾਂ ਨਹੀਂ ਬਦਲਦੇ ਹੋਰ ਨਾ ਕਰਵਾ ਦੂੰ ਜੀ ਆਪਾਂ ਨਹੀਂ ਹੋਰ ਕੋਈ ਦੱਸ ਦੋ ਕਰਸ ਹੈ ਹੋਰ ਕੋਈ ਦੱਸ ਦੋ ਜੀ ਕਰਚ ਨਾਲ ਕਰਾਉਣਾ ਮੈਂ ਕਿਹੜੀ ਕਰਚ ਜੀ ਮੀਤੀ ਉਹ ਤਾਂ ਮੇਰੀ ਭੈਣ ਆ ਜੀ ਉਹਦੇ ਨਾਲ ਕਿਵੇਂ ਹੋ ਜੂ ਮੈਂ ਵੀ ਤਾਂ ਤੈਨੂੰ ਭੈਣ ਦਿੱਤੀ ਆ ਤੂੰ ਦੇ ਦੇ ਮੇਰੀ ਗੱਲ ਸੁਣੋ ਹਾਂ ਹਾਂ ਪੈਂਦਾ ਤੈਨੂੰ ਮੇਰੀ ਗੱਲ ਸੁਣੋ ਜੀ ਮੈਂ ਤੁਹਾਡਾ ਹਰਿਆਣੇ ਚ ਕਰਵਾ ਦੂ ਜੀ ਬਹੁਤ ਬਦਮਾਸ਼ਨ ਕੁੜੀ ਹੈ ਜੀ ਨਾ ਉਧਰ ਨਹੀਂ ਕਰਾਉਣਾ ਮੈਂ ਹੈ ਜੀ ਉਧਰ ਨਹੀਂ ਕਰਾਉਣਾ ਮੈਂ ਹੋਰ ਕਿੱਧਰ ਉਧਰ ਤਾਂ ਮੈਂ ਇੱਕ ਹੋਰ ਕੁੜੀ ਨੂੰ ਲੈ ਕੇ ਭੱਜ ਗਿਆ ਦੀ ਕਰਾਂ ਹਾਂਜੀ ਉਹਨਾਂ ਨੇ ਮੇਰੇ ਥੱਪੜ ਲਾਏ ਸੀਗੇ ਆਪਾਂ ਉਦੋਂ ਤੋਂ ਬਾਅਦ ਉਧਰਲਾ ਪਟੋਲਾ ਨਹੀਂ ਛੜਿਆ ਕੋਈ ਫਿਰ ਹੋਰ ਕਿੱਧਰੋਂ ਕਰਾ ਦੇਣਾ ਜੀ ਉਹ ਕੁਛ ਕੀ ਕੋਈ ਜੀ ਕਰਾ ਦੇਗਾ ਉਹ ਇਹ ਤਾਂ ਮੇਰੀ ਦੀਦੀ ਹੈ ਜੀ ਉਹਦੇ ਨਾਲ ਨਾ ਕਰਾਓ ਜੀ ਕਿਉਂ ਉਹਦੇ ਨਾਲ ਕੀ ਉਹਦਾ ਤਾਂ ਵਜਨ ਵਾਲਾ ਜੀ ਨਾਲ 10 ਕਿਦਨ ਰੁਕ ਜਾਓ ਜੀ 10 ਕਿਦਨਾਂ ਚ ਕਿਦਾਂ ਵਜਨ ਟੁੱਟ ਜਾਊਗਾ ਮੇਰੀ ਗੱਲ ਸੁਣੋ ਜੀ ਉਹਦੇ ਨਾਲ ਨਾ ਕਰੋ ਨਾ ਮਨੋਜ ਗੁਪਤਾ ਜੀ ਤੁਸੀਂ ਤਲਾਕ ਦਵਾ ਦਿਓ ਜਿਵੇਂ ਵੀ ਇਹਨਾਂ ਦਾ ਹੈਗਾ ਜੀ ਇਹਨੂੰ ਮਿੱਟੀ ਪਾਓ ਬਿਆਹ ਤੇ ਐ ਭੈਣ ਦੀ ਜਵਾਰ ਪਟਾ ਹੀ ਨਹੀਂ ਕਰਦੇ ਜਾਂ ਤਾਂ ਮੈਂ ਕੰਮ ਆਪਦਾ ਸਫਾਰੀ ਲੈ ਕੇ ਕਰਦਾ ਹੁਣਾ ਮੈਂ ਤੁਹਾਨੂੰ ਸਫਾਰ ਮੈਂ ਦੋ ਮੁਰਗੇ ਦੇ ਦੂੰ ਇੱਕ ਸਰਾਲ ਦੇ ਦੂੰ ਜੀ ਹਾਂ ਮੈਂ ਦੋ ਮੁਰਗੇ ਦੇ ਦੂੰ ਇੱਕ ਸਰਾਲ ਦੂੰ ਜਿਹੜੇ ਸਾਡੇ ਸੌਂਕਣੇ ਬੱਲੇ ਚੱਲ ਮੇਰੀ ਗੱਲ ਸੁਣ ਤਰਾ ਸਾਰਾ ਕੁਝ ਕਰ ਦੂੰਗਾ ਜੀ ਕੋਈ ਚੱਕਰ ਨਹੀਂ ਕਬੂਤਰ ਨਹੀਂ ਗੱਜ ਕਰ ਕਬੂਤਰ ਦੇ ਦੂੰਗਾ ਜੀ ਲੱਕੇ ਹਾਂ ਲੱਕੇ ਜੀ ਪੱਕੀ ਗੱਲ ਹਾਂ ਜੀ ਪੱਕਾ ਪ੍ਰੋਮਿਸ ਹੈ ਲੋਹਾ ਖੇੜਾ ਦੇ ਡੀਸੀ ਤੋਂ ਲੈ ਕੇ ਦੇ ਦੂੰ ਜੀ ਤੁਹਾਨੂੰ ਕਬੂਤਰਾ ਬਾਜੀ ਵਾਲੇ ਨੇ ਜੀ ਅੱਛਾ ਹਾਂ ਜੀ ਬਾ ਠੀਕ ਆ ਫਿਰ ਕੋਈ ਚੱਕਰ ਨਹੀਂ ਤੇਰਾ ਕੰਮ ਹੋ ਜਾਊਗਾ ਬਸ ਮੈਂ ਹੁਣ ਕਬੂਤਰ ਲਿਆ ਦੂੰ ਜੀ ਮੈਂ ਕੋਈ ਨਾ ਨੋ ਟੈਂਟਰੀ ਕੋਈ ਚੱਕਰੇ ਨਹੀਂ ਠੀਕ ਹੈ ਜੀ ਹਾਂ ਬਾਕੀ ਮੇਰੀ ਗੱਲ ਸੁਣ ਫਿਰ ਇਹਦਾ ਕੀ ਕਰ ਹੱਥ ਮੈਂ ਨਾਲ ਇਹ ਪਾ ਕੇ ਰੱਖੋ ਜੀ ਮੈਂ ਤੁਹਾਡਾ ਵਿਆਹ ਕਰਵਾ ਦੂੰ 10 ਦਿਨਾਂ ਦੇ ਵਿੱਚ ਵਿੱਚ ਪਾਣੀ ਜੱਪ ਫੇਲ ਹੋ ਗਈ ਇਹਦੀ ਪਹਿਲਾਂ ਕਬੂਤਰ ਲਿਆਵਾਂਗੇ ਜੀ ਫਿਰ ਵਿਆਹ ਕਰਾ ਦਾਂਗੇ ਜੀ ਆਹਾ ਇਹਦਾ ਕੀ ਕਰਾਂ ਲਾ ਦਿੰਦੇ ਆ ਜੀ ਇਹ ਤਾਂ ਲਾ ਫਿਰ ਇਹਨੂੰ ਕਿਵੇਂ ਲਾਹਾਂਗੇ ਤੂੰ ਪਰ ਇਹ ਗੱਲ ਤੇਰੇ ਮੇਰੇ ਚ ਰਹੇ ਕਬੂਤਰਾਂ ਲਈ ਹਾਂ ਜੀ ਹਾਂ ਪਰ ਆ ਮਨੋਜ ਕੋ ਬਤਾਲਾ ਜੀ ਤੁਸੀਂ ਤਾਂ ਤਾਲਾ ਮੈਂ ਕੱਢ ਦੂੰ ਕੰਡਾ ਹਾਂ ਉਹਨੂੰ ਕਹੋ ਵੀ ਵਿਆਹ ਵੀ ਨਹੀਂ ਹੋਣਾ ਬਸ ਠੀਕ ਆ ਪੀਜਨ ਦੋ ਚਾਹੀਦੇ ਨੇ ਮੈਨੂੰ ਪੀਜਨ ਸਾਨੂੰ ਤਿੰਨ ਦਵਾ ਦੂੰ ਜੀ ਬਸ ਠੀਕ ਆ ਉਹ ਕਿੱਡਾ ਨਾ ਘਰੇ ਤੋਂ ਦਾਂਗੇ ਜੀ ਇਹਨੂੰ ਹੈ ਘਰੇ ਜੀ ਲੇਪ ਬਾਹ ਚੜ ਗਿਆ ਜੀ ਬਸ ਠੀਕ ਆ ਹਾਂ ਬਹੁਤ ਅੱਛਾ ਲੱਗ ਰਿਹਾ ਜੀ ਬਾਕੀ ਮੈਂ ਉਹਦਾ ਵੀ ਕਰੂੰਗਾ ਕੰਮ ਕਿਹਦਾ ਜੀ ਕਰਚ ਵਾਲਾ ਕੰਡਾ ਕੋਈ ਨਾ ਜੀ ਫੇਰ ਦੇਖਾਂਗੇ ਤੁਸੀਂ ਆਹ ਟਾਲੋ ਪਹਿਲਾਂ ਮਨੋਜ ਗੁਪਤਾਲਾ ਜੀ ਠੀਕ ਆ ਆਹ ਉੱਤੇ ਪਾਈ ਮਾਈ ਰਾਣੀ ਤੇ ਕੜਾਹੀ ਦਵਾਰੋ ਠੀਕ ਹੈ ਜੀ ਹਾਂ ਕਰੀ ਜਾਂਦੇ ਹੋ ਤੁਸੀਂ ਮੈਂ ਕਰੀ ਜਾਣਾਗਾ ਸੜੇ ਹਨ ਮਾਰੀ ਜਾਂਦੀ ਹੈ ਜੀ ਚੋਂ ਐਂ ਕਿਹਾ ਮੇਰਾ ਸੜਾ ਕਿੱਥੇ ਰੁੱਡਾ ਗਿਆ ਸੜੇ ਹਨ ਸਤਿ ਸ਼੍ਰੀ ਅਕਾਲ
अंदर तो माड़ा माड़ा चाह पानी मैं पुछ लिया मुझे इधर आ जा इत मुझे होर साली बढ़िया सारे हां तू खड़ा हो की हो गया खड़ा तो हो जा की हो खड़ा तो हो ले पड़ हो गया उधर हैं उधर उधर की करेगा वो होता है यार बैठ जा की योगा करना और बैठ जा मैं मुझे बैठे हूं फोटो बनावा फेर करानी फोटो पहला सागर सागर बाबा वो फेर पाई जा बड़ा रिश्ते दी गल दा करला हां जीजू चाय पानी बनावा हां कोई ना चाय पानी पी लेने पहला पर गल कर लिए है कोई हां जरूरी गल जी कर लिए पहला जरूरी गल कर लिए पहला मैं कहता चाय पी लंदे कुटकुटा कोई ना अब मैं लेके आई हुनी मैं चाय बनाई हुई है लेके आ चल ले आ ले बड़ा जा तू मैं कह रहा थी मखा गल कर तो बाद चाय लेना तू गल कर लैण देन सानू कुछ नहीं चाहिदा दो जोड़ा दे पे दो बस है लैंड दे तो हुन तू पैन दी तेरे सरकारी कुड़ी मिलू तू होर लैंड दे मुकी तू मैं तो कतार के पैन लेनी है ना प्यारे मां कुछ नहीं चाहिदा पण बस कुड़ी आ जाए करे है तू चुप रह मैं चुप मैं तो मैं मेरी रिश्तेदार नहीं मैं बोल दी नहीं इद्दत बनी हुई है मैं कद बोलदा चल ले बैठो ਹੋਰ ਸਾਰਾ ਲਾਣਾ ਬਣਾ ਹਾਂ ਲਾਣੇ ਨੂੰ ਦੱਸੋ ਕਿਹੜਾ ਜੀਜੂ ਇੱਥੇ ਕੇ ਜਵਾਕ ਖੇਡਦੇ ਨੇ ਹਾਂ ਕੰਦੀ ਆ ਤੇ ਹਾਂ ਤੇ ਹਾਂ ਦੱਸੋ ਕਿ ਸਰਬਜੀਤ ਤੋਂ ਮਿਲਣਾ ਤੂੰ 5 ਸਾਲ ਕਿਣੀ ਪਤਾ ਨਹੀਂ ਕਿੰਨੇ ਸਾਲ ਛੋਟੀ ਹੈ ਹੈਗਾ ਮੇਰਾ 5-7 ਸਾਲ ਦਾ ਹਾਂ ਦੱਸਦੀ ਹੁੰਦੀ ਹੈ ਕਹਿੰਦੀ ਜਦੋਂ ਆਪਣਾ ਰਿਸ਼ਤਾ ਹੋਇਆ ਸੀ ਕਹਿੰਦੀ ਉਦੋਂ ਪਹਿਲਾਂ ਦਾ ਪਤਾ ਨਹੀਂ ਤੂੰ 12ਵੀਂ ਨਹੀਂ ਪਤਾ ਨਹੀਂ ਤਾਂ ਉਹਦੇ ਵਿੱਚ ਪੜ੍ਹਦੀ ਸੀ ਪਤਾ ਨਹੀਂ ਹਾਂ ਮੇਰੇ ਹਾਂ ਹਾਂ ਪਲੱਸ 1 ਦੇ ਪੇਪਰ ਹੋਏ ਸੀ ਹਾਂ ਹੋਰ ਸਾਡੂ ਨਾਲ ਹੋ ਜਾਂਦੀ ਹੈ ਗੱਲਬਾਤ ਹਾਂ ਹੁੰਦੀ ਰਹਿੰਦੀ ਹੈ ਕਦੇ ਕਦੇ ਫੋਨ ਕਰਦੇ ਹੈਗੇ ਅੱਛਾ ਹਾਂਜੀ ਉਹ ਆਇਆ ਹੈਗਾ ਸਾਲੀ ਹੈ ਖੜ ਚਲ ਕਦੇ ਕਦੇ ਫੋਨ ਕਰਦਾ ਬੰਦ ਕਰਾਓ ਵੀ ਖੜ ਚ ਆਇਆ ਹੈਗਾ ਹੁਣ ਬੰਦਾ ਤਾਂ ਬੰਦਾ ਹੁੰਦਾ परिवर्तन हुंदा ना बंदे करके उस गल नूं मैं विचारदा एक परिस्थिति हुंदी ना जिहड़ी बंदे दी परिस्थिति हुंदी आ हुंदी एक परिस्थिति केड़ी हां दसदा मैं ओदे विच जिहड़ी औरत है औरत एक प्रमुखता दे विच मुखता रखदी है हां जीजू मैनूं पता है अहम रोल हुंदा इहदा जिंदगी दे विच औरत दा औरत ठीक है पर ए तो अग्गे की अग्गे तां मैं बना रहा खड़ जा मैं भी गल लगदा उलझ गई कोई ना पर मैं मैनूं समझ नहीं आ रहा तू सीधा सीधा दस्सो की गल समझ तां ऐ आगा देख तेरी उम्र कितनी है क्यों मेरी उम्र तू की कहना फिर भी चला मुड़ पाया दसो हो गिनती के साल तुसी कल्ला देखो कल्ले तुसी रहने हो एड़ा बड़ा घर थोनु खान नु आउंदा होगा हैना नहीं नहीं मेनू कोई दिक्कत नहीं है देखो ये बंदा साफ दिल दा अच्छा जी हां मेनू पता है ना तो बहुत चंगे रे ए तागो चाहे दे दिल विच कुछ भी नहीं है मैं तो ऑलरेडी पहले सो मैं दिमाग लाया जिन्ना का मेरा हैगा दसदा मैं भी जे ये कल नु उत्ता चकदा कोई ਉਧਰੋਂ ਤੁਹਾਡੀ ਗੱਲਬਾਤ ਸਾਡੂ ਨਾਲ ਬੰਦ ਹੋ ਗਈ ਹਾਂ ਤਕਰੀਬਨ ਮੈਂ ਫੀਤਾ ਲਾ ਕੇ ਦੇਖਿਆ ਤੁਹਾਡਾ ਆਪਸ ਚ ਮੇਲ ਹੋ ਸਕਦਾ ਕਿੰਨਾ ਦਾ ਮੇਲ ਹੋ ਸਕਦਾ ਇਹ ਕੀ ਹੋ ਗਿਆ ਜੀਜੂ ਅਨਕੰਫਰਟੇਬਲ ਫੀਲ ਕਰ ਰਹੇ ਤੁਸੀਂ ਸਾਡੂ ਵਾਨੂੰ ਫਿਰਦਾ ਕੀ ਮੈਨੂੰ ਸਮਝ ਨਹੀਂ ਆਈ ਹੈਗੀ ਸਾਫ ਸਾਫ ਸਾਡੂ ਵਾਨੂੰ ਫਿਰਦਾ ਮੈਂ ਕਿਹਾ ਵੀ ਜੇ ਤੂੰ ਕਹੇ ਤਾਂ ਤੇਰਾ ਇਹਦੇ ਨਾਲ ਭਰਾ ਦੇਣਾ ਤੋਪਾ ਅੱਛਾ ਤੋਪਾ ਮੀਨਸ ਪੱਪਾ ਮਤਲਬ ਤੋਪਾ ਮਤਲਬ ਮਤਲਬ ਇਹਦੀ ਬਰੰਜੀ ਤੇਰੇ ਕਨੀ ਗੱਡ ਦਨੇ ਆਪਾਂ ਹਾਂ ਸਿੱਧਾ ਸਿੱਧਾ ਦੱਸੋ ਕਲੀਅਰਲੀ ਸਿੱਧਾ ਐ ਵੀ
ਇਹਦਾ ਸਾਕ ਕਰਾ ਦੇਣਾ ਤੈਨੂੰ ਜੇ ਕਹੇ ਅੱਛਾ ਹੁਣ ਸਾੜੀਏ ਦੇਖ ਤੂੰ ਵੀ ਤੇਰੀ ਜ਼ਿੰਦਗੀ ਕਿੱਡੀ ਪਈ ਆਏਗੀ रोज कह दिता मेनू मन गई एक मिनट रुको ਕੀ ਹੋ ਗਿਆ ਕੀ ਲੱਭਣ ਲੱਗ ਗਈ ਮੈਂ ਨਾ ਪੁਲਿਸ ਦਾ ਨੰਬਰ ਲੱਭ ਰਹੀ ਆ ਕਿਹੜੀ ਪੁਲਿਸ ਆਪਣੇ ਥਾਣੇ ਵਾਲੀ ਪੁਲਿਸ ਦਾ ਅੱਛਾ ਕੰਮ ਆ ਉੱਥੇ ਤੈਨੂੰ ਲੈ ਖੜ ਤਾ ਮੈਂ ਇਹਦੇ ਨਾਲ ਤੈਨੂੰ ਗੁਰਦੇਵ ਹੌਲਦਾਰ ਦਾ ਅੱਛਾ ਤੁਹਾਡੇ ਕੋਲ ਹੈਗਾ ਕੀ ਗੱਲਾਂ ਕਰਦੇ ਤੂੰ ਲਿਆਓ ਲਿਓ ਨੰਬਰ ਲਿਆਓ ਲਿਖਾਓ ਨੰਬਰ ਬੜਾ 78802 ਹਾਂ 78802 88375 ਬਾ ਠੀਕ ਕਈ ਨਹੀਂ ਗਿਆ ਉਹਨੇ ਦਿੱਤਾ ਪਿਆਰੇ ਨੇ ਹਾਂ ਜੀਜੂ ਮੈਂ ਤੇਰਾ ਨਾਮ ਲਊਂਗੀ ਜ਼ਰੂਰ ਕੋਈ ਨਾ ਕੱਢੀ ਕੋਈ ਨਹੀਂ ਕਿਉਂ ਬਈ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੜਾ ਜਿਹਾ ਰਟੋਲਾ ਪਿੰਡ ਜਾ ਸਕਦੇ ਹੋ ਜੀ ਐਕਚੁਅਲੀ ਨਾ ਦੋ ਮਲੰਗ ਮੇਰੇ ਘਰ ਆ ਗਏ ਜੀ ਹਾਂਜੀ ਅਤੇ ਮੇਰੇ ਨਾਲ ਬਦਤਮੀਜ਼ੀ ਕਰ ਰਹੇ ਨੇ ਇਹ ਬਾਰੀ ਪੀ ਲਾਂਗੇ ਮੇਰਾ ਅਤੇ ਪਲੀਜ਼ ਤੁਸੀਂ ਹੁਣੀ ਆ ਜਾਓ ਮੇਰੇ ਨਾਲ ਜੀ ਐਂ ਨਹੀਂ ਹੋਗਾ ਮੇਰੇ ਨਾਲ ਕੋਈ ਭਾਣਾ ਵਾਪਰ ਸਕਦਾ ਖੜਾ ਹੋ ਜੀ ਪਲੀਜ਼ ਤੁਸੀਂ ਹੁਣੀ ਆ ਜਾਓ ਖੜਾ ਹੋ ਜਾ ਹਾਂਜੀ ਹਾਂਜੀ ਸਰ ਲਵਾਉਣਾ ਉਹਦੇ ਬਾਗ ਜਾ ਖੜਾ ਹੋ ਠੀਕ ਹੈ ਚੰਗਾ ਸਾੜੀ ਨਹੀਂ ਨਹੀਂ ਜੀ ਰੁਕੋ ਨਾ ਕੋਈ ਨਾ ਸੋਚ ਕੇ ਦੱਸ ਨਹੀਂ ਕਿ ਜ਼ਰੂਰੀ ਆ ਜੀ ਆਪਾਂ ਡੋਲਾ ਕਰਾਉਣਾ ਸੋਚ ਕੇ ਦੱਸ ਦੀ ਕੋਈ ਨਾ ਯਾਰੇ ਕੀ ਕਰਨਾ ਤੈਂ ਨਾ ਤਾਨੇ ਹਾਂ ਕਹੀ ਪਿਆਰੇ ਨਾ ਕਹੀ ਨਾ ਮੈਂ ਪੁੱਛ ਕੇ ਆਉਣਾ ਓਏ ਸੋਚਣਾ ਰਹਿ ਗਿਆ ਨੰਦ ਦਾ ਦੇਣ ਨੂੰ ਫਿਰਦੀਆਂ ਹੋ ਮੈਂ ਨੰਦ ਦੇ ਲੈਣੇ ਨੇ ਓਏ ਚੱਲ ਚੱਲ ਪੁਲਸ ਬਣਾ ਯਾਰ ਫਿਰ ਪੁਲਸ ਪੁਲਸ ਸਾਗਣ ਪਾ ਦੂ ਆਪਣ ਦਾ ਸਾਗਣ ਦੀ ਪੈਸੇ ਕੱਢ ਬੈਣਗੇ ਸਾਗਣ ਦੀ ਪੋਨੀ ਮੁੱਦੇ ਪਾਉਗੀ ਉਹ ਕਿਉਂ ਬਈ ਕਹਿੰਦੀ ਮਲੰਗ ਵੜ ਗਏ ਕਹਿੰਦੀ ਮੇਰੇ ਘਰੇ ਮਲੰਗ ਦੱਸਦੀ ਆਪਾਂ ਨੂੰ ਮਾਰਦੇ ਗੱਲਾਂ ਮਲੰਗ ਕਹਤਾ ਆਹੋ ਆਪਾਂ ਨੂੰ ਆਹੋ ਹੁਣ ਤਾਂ ਵੈਸੇ ਭੈਣਦਾਰ ਕੋ ਜੇਬ 'ਚ ਤੇ ਲੈਣ ਵੀ ਨਹੀਂ ਕੱਢ ਕੇ ਦਿਖਾ ਦਿੰਦੇ ਉਸ ਤੂੰ ਚੱਲ ਓਏ ਤੂੰ ਘਰੇ ਚੱਲ ਮਾਰਦਾ ਗੱਲਾਂ ਰਿਸ਼ਤੇ ਦੀ ਗੱਲ ਦਾ ਗੱਲ ਆ ਸਾਂ ਪਾਉਂਗਾ ਪਾਥੀ ਜੁੱਟੀ ਪਿਆਰੇ ਗਲ 'ਚ ਹੱਥ ਪਾਉਣ ਨੂੰ ਫਿਰਦੀ ਆ ਉਹ ਪਾ ਲੈਣ ਦੇ ਹਾਂ ਮਾਰਦਾ ਗੱਲਾਂ ਅੰਦਰ ਝੋਲਾ ਰਹਿ ਗਿਆ ਮੇਰੇ ਸੰਦ ਅੰਦਰ ਸਾਰੇ ਰਹਿ ਗਏ ਮੇਰੇ ਓਏ ਤੂੰ ਚੱਲ ਯਾਰ ਤੂੰ ਕੀ ਬੰਦਾ ਯਾਰ ਤੂੰ ਪਹਿਲਾਂ ਮੈਂ ਉੱਥੇ ਕਲਾੜ ਤੇ ਤੂੰ ਮੇਰੇ ਥੱਪੜ ਪਵਾ ਤੇ ਸਵੇਗੇ ਤੇ ਤੂੰ ਪਹਿਲਾਂ ਤੂੰ ਮੇਰੇ ਗੱਗੜਪੁਰ ਕਟਾ ਲਿਆ ਤੂੰ ਕੀ ਬੰਦਾ ਇੱਥੇ ਥੱਪੜ ਪਾਉਣ ਨੂੰ ਫਿਰਦਾ ਤੂੰ ਓਏ ਹਾਂ ਘਰੇ ਆ ਘਰੇ ਮੈਂ ਵੀ ਜਾਂਦਾ ਘਰੇ ਮੇਰੀ ਗੱਲ ਸੁਣਨਾ ਓਏ ਅੱਜ ਤੋਂ ਬਾਅਦ ਮੇਰੀ ਦੁਕਾਨ ਤੇ ਮੇਰੇ ਘਰੇ ਆਉਣ ਦੀ ਲੋੜ ਨਹੀਂ ਪਹਿਲ ਤਾਂ ਰੁੱਸ ਚਲ ਕੀ ਲੱਗਦਾ ਤੇ ਗਦਰੇ ਮੈਂ ਯਾਰ ਤੂੰ ਮੇਰੇ ਨਾਲ ਤੂੰ ਬਣ ਗੱਲਾਂ ਗੱਲਾਂ ਕਰਦਾ ਤੂੰ ਉਹ ਦਾ ਕਾ ਤੋ ਪਿਆਰੇ ਤਾਂ ਕੀ ਬੱਕੀ ਲੱਗਦਾ ਤੇ ਗਦਰੇ ਮੇਰੇ ਨਾਲ ਓਏ ਤੂੰ ਮੇਰਾ ਬਚੋਲਾ ਬਸ ਪੁਆਇੰਟ ਮੁੜਾ ਗਿਆ ਬਚੋਲਾ ਖਾ ਗਿਆ ਕੜੀ ਚਲ ਓਏ ਯਾਰੇ ਆ ਜਾ ਚੁੱਪ ਕਰਕੇ ਅੰਦਰ ਨਾ ਵੜਦੀ ਆ ਕੀ ਕਰੀ ਜਾਂਦੇ ਹੋ ਸ਼ਾਮਾ ਹੋ ਗਿਆ ਸ਼ਾਮਾ ਬਾਬਾ ਲੱਗ ਗਿਆ ਆ ਕੀ ਕਰੀ ਜਾਂਦੇ ਹਾਲਾ ਸੁਣ ਲਾ ਦੇਖ ਲੂ ਕੀ ਦੇਖਾਂ ਤਾਇਆ ਜੀ ਨੂੰ ਜਮੀ ਸ਼ਰਮ ਨਹੀਂ ਆਉਂਦੀ ਲੈ ਇਸ ਉਮਰੇ ਵਿਆਹ ਕਰਵਾਉਣ ਨੂੰ ਨੋਜ ਗੁਪਤਾ ਨਾਲ ਵਿਆਹ ਕਰਵਾਉਣ ਨੂੰ ਫਿਰਦਾ ਪਰ ਤੇਰੇ ਕੀ ਨੋਟ ਮੈਂਸ਼ਨ ਹੋ ਰਿਹਾ ਯਾਰ ਕੀ ਨੋਟ ਮੈਂਸ਼ਨ ਮਾੜਾ ਮੋਟਾ ਤੂੰ ਵੀ ਦੇਖ ਲਿਆ ਕਰ ਉੱਥੇ ਸ਼ੇਰਵਾਨੀ ਪਾਈ ਫਿਰਦਾ ਸੀ ਫਿਰ ਭੈਣ ਦੀ ਗਲੀਚਾ ਏਡੀ ਕੀ ਗੱਲ ਹੋ ਗਈ ਯਾਰ ਸ਼ੇਰਵਾਨੀ ਵੀ ਸ਼ੇਰ ਹੀ ਪਾਉਂਦੇ ਨੇ ਗਿੱਦੜਾਂ ਦਾ ਨਹੀਂ ਹੋਇਆ ਮੁਕਾਬਲਾ ਸਾਡੇ ਜਿੱਥੇ ਵੀ ਆ ਰਹਿੰਦੇ ਵੱਲੋਂ ਲਿੱਕ ਨਹੀਂ ਏਡੀ ਕੀ ਚੱਕਰ ਕਰੇ ਮਾੜਾ ਮੋਟਾ ਦੇਖ ਲਿਆ ਕਰੋ ਮੇਥੋਂ ਖਬਰ ਹੈ ਕੀ ਕੌਲੇ ਕੱਸਦੇ ਹੋਵੋਗੇ ਤੁਸੀਂ ਖਬਰ ਹੈ ਕੀ ਕਰਦੇ ਹੋ ਏਡੀ ਕੀ ਅੱਤਵਾਦੀ ਬਾੜਤੇ ਸੀ ਘਰੇ ਲਿਆ ਕੇ ਟੈਰਰਿਸਟ ਬਾੜਤੇ ਤੂੰ ਕੀ ਭਰੋਨੀ ਕਰਦਾ ਮੇਰੇ ਨਾਲ ਦੇਖ ਕੇ ਜੇ ਤੂੰ ਪਹਿਲੇ ਕੇ ਪਹਿਲੇ ਸੀ ਵੀ ਠੀਕ ਆ ਅਭਿਆਨ ਨੇ ਤਿੰਨ ਵਾਰੀ ਸਨਮਾਨਿਤ ਕਰਤਾ ਮੈਨੂੰ ਚੌਥੀ ਵਾਰੀ ਅਜੇ ਕਰਨਾ ਹੈ ਤੈਨੂੰ ਅਭਿਆਨ ਨੇ ਤਿੰਨ ਵਾਰ ਸਨਮਾਨਿਤ ਕਰਾਉਣਾ ਮੈਂ ਤਿੰਨ ਕਤਲ ਕਰਤੇ ਚੌਥੇ ਹਾਲੇ ਕਰਨਾ ਹੈ ਗੱਲਾਂ ਕਰਦਾ ਅਭਿਆਨ ਬਾੜ ਲੈਂਦਾਗਾ ਇਹ ਸ਼ਰਮ ਨਹੀਂ ਆਉਂਦੀ ਨਹੀਂ ਵਿਆਹ ਕਰਵਾਉਂਦੇ ਨੇ ਇੱਕ ਪਿਆਰਾ ਦੀ ਲੱਤ ਮੈਂ ਤੋੜੂ ਪਿਆਰਾ ਮੈਨੂੰ ਦੱਸ ਕਿਹੜਾ ਪਿਆਰਾ ਉਹਦੀ ਸਨੈਪ ਭੇਜ ਉਹ ਐਨਕਾਊਂਟਰ ਨਾ ਕਰਾਂ ਮੈਂ ਗੱਲਾਂ ਕਰਦਾ ਤੂੰ ਉਹ ਮੇਰੇ ਨਾਲ ਨਾਲੇ ਕੀ ਯਾਰ ਲਾਉਣ ਦੀ ਬਾਤ ਗੱਲ ਕਰ ਰਿਹਾ ਮੇਰੇ ਅੱਗ ਲੱਗ ਗਈ ਯਾਰ ਜਦੋਂ ਕਦੇ ਵਿਆਹ ਕਰਵਾਵਾਂਗੇ ਨਾਲੇ ਮਨੋਜ ਗੁਪਤਾ ਨਾਲ ਤਾਂ ਮੈਂ ਹੋਣੀ ਨਹੀਂ ਦਿੰਦਾ ਦੁਨੀਆ ਇੱਧਰ ਦੀ ਇੱਧਰ ਹੋ ਜਾ ਮੈਂ ਨਹੀਂ ਹੋਣ ਦਿੰਦਾ ਮਨੋਜ ਗੁਪਤਾ ਭੈਣ ਲੱਗਦੀ ਹੈ ਤੇਰੀ ਸਿਸਟਰ ਲੱਗਦੀ ਹੈ ਸਿਸਟਰ ਕਿਉਂ ਲੱਗਦੀ ਹੈ ਫਿਰ ਕੀ ਲੱਗਦੀ ਹੈ ਕੁਝ ਮਰਜ਼ੀ ਲੱਗੇ ਪਰ ਲੱਗਦੀ ਹੈ ਲੱਗਦੀ ਹੈ ਨਾਲੇ ਹੋਰ ਲੱਗਦੀ ਹੈ ਮਨੋਜ ਗੁਪਤਾ ਦਾ ਵੀ ਕਰ ਦੂੰ ਭੈਣ ਦੇ ਇਨਕਾਊਂਟਰ ਉਹਨੂੰ ਨਾ ਕੁਝ ਕਹਿੰਦੀ ਕਿਉਂ ਹਾਂ ਉਹਨੂੰ ਨਾ ਕਹਿੰਦੀ ਨਾਲੇ ਹੋਰ ਆ ਮੇਰੀ ਭਾਵੇਂ ਜਿੰਦ ਕੱਢ ਲੈ ਸਾਡੇ ਸਕੂਲ ਦੇ ਟੀਚਰ ਨੂੰ ਮਾੜਾ ਨਾ ਬੋਲੀ ਲੈ ਦਿਖਾ ਕਿੱਥੇ ਕੱਢਾਂ ਤੇਰੀ ਜੰਦ ਮਾਰਦਾ ਗੱਲਾਂ ਸਕੂਲ ਆ ਤੇਰਾ ਉਹ ਮਨੋਜ ਗੁਪਤਾ ਕਰਦਾ ਸਫਾਰੀ ਲੈ ਲੂੰ ਕਦੇ ਮੋਦੀ ਮੇਰੀ ਗੱਲ ਸੁਣ ਲੱਗ ਗਈ
टोमी कह दिंदा जी बेजो डॉग नहीं कहिंदा कुत्ता कत्ता नहीं गग्गी हां मैं ਗੱਲਾਂ ਕਰਦਾ ਭੈਣ ਕਰੇ ਭਾਈ ਕੁੱਤਾ ਨਾਲੇ ਹੋਰਾ ਉਹਨੂੰ ਆਉਣ ਦੇ ਮਣਾ ਮੁੱਟ ਨੂੰ ਫੇਰ ਪਤਾ ਲੱਗੂ ਮੈਨੂੰ ਕੁੱਤਾ ਕਹਿੰਦਾ ਭੈਣ ਤੈਨੂੰ ਵੀ ਕਰੇ ਕਰਦੇ ਡੌਗ ਕਹਿੰਦੀਆਂ ਮਾਰਦਾ ਗੱਲਾਂ ਕੁੱਤਾ ਦੂਮੀਆਂ ਬ్రో ਮੈਂ ਟੋਮੀ ਕਿਹਾ ਸੋਨੂੰ 35 ਨਾ ਕਰਦੀ ਮੈਂ ਤੈਨੂੰ ਗੱਲ ਦੱਸਤੀ ਕੋਈ ਆਉਣ ਦੇ ਤਾਇਆ ਜੀ ਨੂੰ ਮੈਂ ਕਹਿੰਦਾ ਵੀ ਅੱਡ ਹੋ ਜਾਣਾ ਚੱਕੋ ਟਿੰਡ ਫੋੜੀ ਅੱਡ ਹੋ ਜੂ ਕਰ ਦੋ ਅੱਡਾ ਏਡਾ ਕੀ ਭੈਣ ਦੀ ਥੋੜਾ ਦਿੱਲੀ ਵਾਲਾ ਤਾਜ ਮਹਿਲ ਅੱਡ ਕਰ ਨੂੰ ਕਿਉਂ ਵੀ ਤਾਂ ਡੀ ਰਹਿਦਾ ਉਹ ਕਰ ਦੋ ਅੱਡਾ ਆਪਾਂ ਨੂੰ ਕੀ ਹੈਗਾ ਆਪਣੇ ਕਿਹੜਾ ਪਿਜਨ ਭੁੱਖੇ ਮਰਦੇ ਨੇ ਗੱਲਾਂ ਕਰਦਾਗਾ ਤੂੰ ਕਿੱਥੇ ਨੇ ਉਹ ਕੌਣ ਆ ਤਾਇਆ ਜੀ ਤਾਏ ਦਾ ਨਹੀਂ ਪਤਾ ਪਿਜੜ ਤਾਂ ਆਪਣੇ ਫੰਡੇ ਬਾਂਦ ਨੇ ਬ్రో ਬੜੇ ਬੰਬ ਨੇ ਉਸਤਾਦ ਦੋ ਰੱਖਣੇ ਹੁਣ ਹੋਰ ਲਿਆਉਂਗਾ ਮੈਂ ਵਧੀਆ ਐਨ ਤਰੀਕੇ ਵਾਲੀ ਚੀਜ਼ ਲਿਆਉਂਗਾ ਦੇਖੀ ਮੈਂ ਫਸਟ ਪ੍ਰਾਇੋਰਟੀ ਨੇ ਬ్రో ਉਹ ਮੇਰੇ ਭੈਣ ਦੀ ਡੰਕ ਕੇਕ ਆ ਗਿਆ ਆ ਗਿਆ ਦਲਵੀਰੇ ਆ ਗਿਆ ਕਿੱਦਾਂ ਤਾਏ ਫਾਈਨ ਮਾਇਨਾ ਆ ਗਿਆ ਮੇਰਾ ਪੁੱਤ ਆ ਗਿਆ ਭਰਾ ਹੋ ਜਾ ਮੁਸ਼ਕ ਮਾਰੀ ਜਾ ਇੱਧਰ ਭਈਆ ਕੀ ਕਰਤੂਤਾ ਕਰੀ ਇਹਨੂੰ ਮੈਥੋਂ ਜਾਣ ਮਗਰੋਂ ਮਾਉਥ ਬਾਉਥ ਕਰ ਲਾਗਾ ਓਏ मनोज गुप्ता रौला पै भी गया ਡੂੜ ਮਿੰਟ ਦੀ ਗੱਲ ਐ ਸਾਰੀ ਸਾਰਾ ਕੁਝ ਦੱਸਤਾ ਮੈਨੂੰ ਦਲੀਲ ਐ ਕੀ ਦੱਸਤਾ ਦੁਨੀਆ ਆ ਸਿਰ ਬੰਨੀ ਆ ਭਾਈ ਫਿਰਦਾ ਫਟੇਰੇ ਕੀ ਗਲਾ ਹੁੰਦਾ ਐ ਗੱਲ ਕਾਹ ਤੋਂ ਪਗਿਆ ਵੇ ਮਰਾਗਾ ਤੂੰ ਮੇਰੇ ਸਿਰ ਬੰਨੀ ਦੀ ਬਰਾਤ ਨਹੀਂ ਲੈ ਕੇ ਗਏ ਤੈਨੂੰ ਮਿਲਾ ਨਹੀਂ ਤਾਂ ਪਰੇ ਬਰਾਤ ਨਹੀਂ ਲੈ ਕੇ ਗਏ ਹੁਣੇ ਚੁੱਪ ਕਰਕੇ ਮੇਰੀ ਗੱਲ ਸੁਣ ਲੈ ਕੋਈ ਵਿਆਹ ਵੀ ਨਹੀਂ ਕਰਾਉਣਾ ਜੇ ਇਹ ਜਿਹੇ ਲੱਛਣ ਕਰ ਲਿਆ ਅੱਡ ਹੋ ਜਾ ਚੁੱਪ ਕਰ ਜੀ ਲੈ ਆ ਭਾਜੀ ਨਹੀਂ ਲੈ ਗਿਆ ਮੈਂ ਤੈਨੂੰ ਹੁਣ ਦੇ ਦੂੰ ਮੈਨੂੰ ਟਕਾ ਲੋ ਤੁਸੀਂ ਉਹ ਬਾਇਆ ਤੈਨੂੰ ਹੁਣ ਦੇ ਦੂੰ ਮਖਾਣੇ ਇਹ ਮੈਂ ਤਾਂ ਤੈਨੂੰ ਗੱਗੀ ਪੁੱਤ ਮੈਂ ਮੇਰੇ ਨਾਲ ਦਾ ਜੱਗੋ ਦੇਰਮੀ ਹੋ ਗਈ ਕੀ ਹੋ ਗਿਆ ਅਸੀਂ ਮੈਂ ਗਿਆ ਕਿਤੇ ਮੈਨੂੰ ਤਾਂ ਮੁੰਡਿਆਂ ਨੇ ਕੁੱਟਿਆ ਉੱਥੇ ਕਿਹੜੇ ਜੀਗੇ ਮੈਂ ਉਹਨਾਂ ਨੂੰ ਮੈਂ ਕਿਹਾ ਮਾਂ ਮੇਰਾ ਪੁੱਤ ਗੱਗੀ ਹੈਗਾ ਖੰਡੇ ਪਾ ਦੀਆ ਕਹਿੰਦਾ ਕਿਹੜਾ ਗੱਗੀ ਇਹੋ ਜਿਹੇ ਗੱਗੀ ਕਹਿੰਦਾ 20 ਤੁਰੇ ਫਿਰਦੇ ਨੇ ਟੱਚ ਨਹੀਂ ਜਾਂਦੇ ਕਿਹੜਾ ਤੇ ਮੈਨੂੰ ਦੱਸਗਾ ਤੇਰੇ ਜਾਣ ਕੇ ਉਂਗਲਾਂ ਲੜਾਈ ਪਾਉਣ ਦਿੰਦੇ ਉਂਗਲ ਤਾਂ ਲੜਾਈ ਵੀ ਨਹੀਂ ਮੇਰੀ ਗੱਲ ਸੁਣ ਕਾਲੇ ਜੇ ਰੰਗ ਦੇ ਮੁੰਡੇ ਮੈਨੂੰ ਕੁੱਟਣਾ ਚਾਹਣਾ ਕੁੱਟਦਾ ਜੇ ਤੁਹਾਡਾ ਹੱਥ ਹੋਵੇ ਵਿੱਚ ਰੁਪਿਆ 250 ਲੈਣਾ ਮੈਂ ਹੈ ਮੈਂ ਹੁਣੀ ਕੁੱਟਦਾ ਕੋਈ ਚੱਕਰ ਨਹੀਂ ਮੋਦਰ ਲੈ ਗੱਗੀ ਦਾ ਸਿਰ ਤੇ ਹੱਥਾ ਨਸਾ ਦਿਓ ਮੈਨੂੰ ਛੁਡਾ ਦਿਓ ਮੈਂ ਕਿਹਾ ਗੱਗੀ ਹੈ ਜੀ ਗੱਗੀ ਇੱਧਰ ਦੇਖ ਗੱਗੀ ਪੁੱਤਾ ਹਾਂ ਜੀ ਉਹ ਮੁੰਡਿਆ ਗੱਡੇ ਵਧੀਆ ਲਾ ਦਿੱਤਾ ਏ ਉਨੀਆਂ ਨਾ ਹੋ ਗਿਆ ਓਏ ਹੋ ਗਿਆ ਦੋ ਤਿੰਨ ਮਾਰਦਾ ਥਾਪੜੇ ਉਰਾ ਓਏ ਕੀ ਮਾਰਦਾ ਕਰਾਮਾ ਬਿਆ ਭਰਾਵਾ ਟੋਏ ਬਸ 250 ਪੂਰਾ ਹੋ ਗਿਆ ਓਕੇ 50 ਰੁਪਏ ਹੋ ਗਿਆ ਓਏ ਉਹ ਗੂਗਲ ਪੇ ਕਰ ਦਿੰਦਾ ਬਾਅਦ ਚੋਂ ਕੋਈ ਚੱਕਰ ਨਹੀਂ ਬ్రో ਕੀ ਚੱਕਰ ਪੈ ਗਿਆ ਹੁਣ ਬਾ ਓਕੇ ਠੀਕ ਹੈ ਸੈਟ ਮੈਂ ਕੀ ਹੋ ਗਿਆ ਹੁਣ ਇਹਦੇ ਕੀ ਕੁੱਕਰ ਜਾ ਬਣ ਗਿਆ ਇਹ ਕੀ ਹੋ ਗਿਆ ਬ్రో ਕੀ ਹੋ ਗਿਆ ਓਏ मिर्गी का दौरा पेगा मिर्गी का दौरा पेगा कुछ करना गा।